ਸੁਣ ਚੁੱਕਿਆ, 2 ਸਾਲ ਦੀ ਸਜ਼ਾ ਸੁਣਾ ਦਿੱਤੀ ਗਈ, 2 ਸਾਲ ਦੀ, ਘਰ ਖੋਲਿਆ, ਸਦਸਤਾ ਰੱਦ ਕਰਤੀ, ਲੇਕਿਨ ਡਿੱਗਿਆ ਨਹੀਂ। ਅੱਜ ਸਾਰੀਆਂ ਪਾਰਟੀਆਂ ਸਿੱਟ ਲਈਆਂ, ਮੁੱਖ ਮੰਤਰੀ ਅੰਦਰ ਕਰਤੇ ਨਰਿੰਦਰ ਮੋਦੀ ਨੇ, ਲੇਕਿਨ ਇੱਕ ਬੰਦੇ ਨੂੰ ਹਜੇ ਤੱਕ ਹੱਥ ਨਹੀਂ ਲਾ ਸਕਿਆ, ਕਿਉਂਕਿ ਉਹ ਸੱਚਾ ਵਿਅਕਤੀ ਹੈ। ਅੱਜ ਹੁਣ ਫੈਸਲਾ ਪੰਜਾਬ ਦੇ ਲੋਕੋ ਤੁਸੀਂ ਕਰਨਾ। ਇਹ 2027 ਚ ਆਪਾਂ ਫੈਸਲਾ ਦੁਬਾਰੇ ਕਰਾਂਗੇ ਕਿ ਪੰਜਾਬ ਦੇ ਵਿੱਚ ਕਿਹੜਾ ਰਾਜ ਲੈ ਕੇ ਆਉਣਾ। ਜੇ ਕਾਂਗਰਸ ਪਾਰਟੀ ਚੰਗੀ ਹੋਈ, ਸਾਡਾ ਹਿਸਾਬ ਕਿਤਾਬ ਹੋਇਆ, ਤਾਂ ਤੁਸੀਂ ਸਾਡਾ ਰਾਜ ਲੈ ਕੇ ਆਉਣਾ। ਇਹ ਲੋਕਾਂ ਨੂੰ ਹੋਕਾ ਦੇਣਾ ਜਾ ਕੇ ਤੁਸੀਂ ਕਾਂਗਰਸੀ ਹੋ, ਤੇ ਜੇ ਕਿਸੇ ਦਾ ਹੋਰ ਰਾਜ ਚੰਗਾ ਰਿਹਾ ਹੋਇਆ ਤਾਂ ਉਹਨੂੰ ਜਿਤਾਉਣਾ। ਲੇਕਿਨ ਇਹ ਫੈਸਲਾ ਕੁੱਲ ਲੜਾਈ ਹੈ, ਨਿਰਣਾਇਕ ਲੜਾਈ ਹੈ। ਇਸ ਰਾਜਨੀਤੀ ਨੇ ਦੇਸ਼ ਨੇ ਨਵਾਂ ਮੋੜ ਲੈਣਾ, ਨਵਾਂ ਇਨਕਲਾਬ ਖੜਾ ਹੋਣਾ। ਅਗਰ ਕਿਸੇ ਬੰਦੇ ਨੇ ਵੋਟ ਇੱਧਰ ਉੱਧਰ ਕਰਤਾ ਤਾਂ ਸਮਝ ਲਓ ਪੰਜਾਬ ਡੁੱਬ ਗਿਆ, ਪੰਜਾਬ ਦੇਸ਼ ਦੇ ਨਕਸ਼ੇ ਤੋਂ ਖਤਮ ਹੋ ਜਾਏਗਾ। ਪੰਜਾਬ ਦੇ ਪੱਗ ਵਾਲੇ ਨੂੰ ਲੋਕ ਖਾਲਿਸਤਾਨੀ ਕਿਆ ਕਰਨਗੇ, ਜਿਨ੍ਹਾਂ ਲੋਕਾਂ ਨੇ ਦੇਸ਼ ਦੀ ਆਜ਼ਾਦੀ ਦੇ ਵਿੱਚ ਸਭ ਤੋਂ ਵੱਡਾ ਯੋਗਦਾਨ ਪਾਇਆ, ਉਹਨਾਂ ਨੂੰ ਖਾਲਿਸਤਾਨੀ ਕਿਆ ਕਰਨਗੇ। ਅੱਜ ਪੰਜਾਬ ਦੇ ਕਿਸਾਨ ਦਾ ਜੋ ਹਾਲ ਹੈ, ਬਾਰਡਰਾਂ ਤੇ ਬੈਠਾ ਉਹ ਕਿਸਾਨ ਤੁਹਾਡੇ ਸਾਹਮਣੇ, ਜਿਹਨੂੰ ਅੱਜ ਅੰਬਾਲਾ ਦਾ ਬਾਰਡਰ ਖਨੌਰੀ ਨਹੀਂ ਟੱਪਣ ਦਿੱਤਾ ਗਿਆ। ਔਰ ਅਗਰ ਦੇਸ਼ ਦੇ ਵਿੱਚ ਤੀਜੀ ਵਾਰੀ ਨਰਿੰਦਰ ਮੋਦੀ ਆਇਆ ਤਾਂ ਸਮਝ ਲਓ ਪੰਜਾਬ ਦੇ ਕਿਸਾਨ ਨੂੰ ਘਰੋਂ ਨਹੀਂ ਨਿਕਲ ਦਿੱਤਾ ਜਾਏਗਾ। ਸੋ ਇਸ ਕਰਕੇ ਇਸ ਨਿਰਣਾਇਕ ਲੜਾਈ ਦੇ ਵਿੱਚ ਜਿਵੇਂ ਬਾਬਾ ਬੰਦਾ ਸਿੰਘ ਬਹਾਦਰ ਨੇ ਸੂਬਾ ਸਰਹੰਦ ਤੇ ਵਜ਼ੀਰ ਖਾਨ ਤੇ ਜਿੱਤ ਪ੍ਰਾਪਤ ਕਰਕੇ ਫਿਰ ਖਾਲਸੇ ਦੀ ਸਥਾਪਨਾ ਕੀਤੀ ਸੀ, ਇਹ ਉਹ ਲੜਾਈ ਹੈ। ਤੁਹਾਨੂੰ ਲੜਨਾ ਪਏਗਾ, ਪਰ ਵੰਡਿਆ ਨਹੀਂ ਜਾਣਾ। ਅਗਰ ਅਸੀਂ ਵੰਡੇ ਗਏ, ਤੁਸੀਂ ਦੇਖ ਲਓ, ਉਸ ਤੋਂ ਬਾਅਦ ਖਾਲਸਾ ਰਾਜ ਬਣਿਆ, ਮਿਸਲਾਂ ਬਣ ਗਈਆਂ, ਅੱਡ ਅੱਡ ਕਈ ਮਿਸਲਾਂ ਬਣੀਆਂ। ਇੱਕ ਮਹਾਰਾਜਾ ਰਣਜੀਤ ਸਿੰਘ ਦੀ ਮਿਸਲ ਸੀ, ਫਿਰ ਮਹਾਰਾਜਾ ਰਣਜੀਤ ਸਿੰਘ ਵੱਲੋਂ ਉਪਰਾਲਾ ਹੋਇਆ, ਜਿਹਨਾਂ ਦੀ ਮਿਸਲ ਦਾ ਨਾਂ ਸੀ ਸ਼ੁਕਰ ਚੱਕੀ। ਉਸ ਉਪਰਾਲੇ ਦੇ ਨਾਲ ਸਾਰੀਆਂ ਮਿਸਲਾਂ, ਸਾਰੀਆਂ ਮਸਲਾਂ ਇਕੱਠੀਆਂ ਕੀਤੀਆਂ, ਤੇ ਫਿਰ ਜਦੋਂ ਮਿਸਲਾਂ ਇਕੱਠੀਆਂ ਕੀਤੀਆਂ, ਕੱਲੀਆਂ ਕੱਲੀਆਂ ਮਿਸਲਾਂ ਰਾਜ ਤਾਂ ਕਰਦੀਆਂ ਰਹੀਆਂ, ਲੇਕਿਨ ਅਸੀਂ ਪੰਜਾਬ ਨੂੰ ਵੱਡਾ ਨਹੀਂ ਕਰ ਸਕੇ, ਸਾਡਾ ਰਾਜ ਵੱਡਾ ਨਹੀਂ ਹੋਇਆ, ਕਿਉਂਕਿ ਅਸੀਂ ਮਿਸਲਾਂ ਦੇ ਵਿੱਚ ਵੰਡੇ ਹੋਏ ਸਨ। ਮਹਾਰਾਜਾ ਰਣਜੀਤ ਸਿੰਘ ਦੇ ਉਪਰਾਲੇ ਦੇ ਨਾਲ ਮਿਸਲਾਂ ਇਕੱਠੀਆਂ ਹੋਈਆਂ, ਤੇ ਫਿਰ ਪਾਕਿਸਤਾਨ ਤੇ ਅਫਗਾਨਿਸਤਾਨ ਤੱਕ ਜਿੱਤ ਪ੍ਰਾਪਤ ਕੀਤੀ, ਤੇ ਅੱਜ ਲੋਕ ਮਹਾਰਾਜਾ ਰਣਜੀਤ ਸਿੰਘ ਨੂੰ ਯਾਦ ਕਰਦੇ ਹੈ। ਇਕੱਠ ਦੇ ਵਿੱਚ ਇੰਨੀ ਤਾਕਤ ਹੈ, ਇਕੱਠ ਦੇ ਵਿੱਚ। ਇਸੇ ਤਰ੍ਹਾਂ ਚਲੋ, ਮਹਾਰਾਜਾ ਰਣਜੀਤ ਸਿੰਘ ਦਾ ਰਾਜ ਤਾਂ ਨਹੀਂ ਵੇਖਿਆ, ਆ ਕਿਸਾਨੀ ਅੰਦੋਲਨ ਵੇਖਿਆ ਇਸ ਵਾਰੀ ਦਾ, ਜਿੱਥੇ ਚਾਹੇ ਹਿੰਦੂ ਸੀਗਾ, ਚਾਹੇ ਸਿੱਖ ਸੀਗਾ, ਚਾਹੇ ਮਜ਼ਦੂਰ ਸੀਗਾ, ਚਾਹੇ ਮੁਸਲਮਾਨ ਸੀਗਾ, ਪੰਜਾਬ ਦੇ ਲੋਕਾਂ ਨੇ ਪਿਛਲੀ ਵਾਰੀ ਦੇ ਕਿਸਾਨੀ ਅੰਦੋਲਨ ਦੇ ਵਿੱਚ ਤਕੜੇ ਹੋ ਕੇ ਬਾਰਡਰਾਂ ਤੇ ਪਹਿਰਾ ਦਿੱਤਾ। 8 ਮਹੀਨੇ ਸਾਲ ਉੱਥੇ ਲੱਗਿਆ, ਸ਼ਹੀਦੀਆਂ ਹੋਈਆਂ, ਲੋਕ ਸ਼ਹੀਦ ਹੋਏ, ਲੇਕਿਨ ਅਸੀਂ ਜਿੱਤ ਕੇ ਵਾਪਸ ਆਏ ਸਾਂ। ਜਿਹੜਾ ਅੱਜ ਦਾ ਜਿਹੜੀ ਸਰਕਾਰ ਹੈ, ਜਿਹੜੀ ਮੰਨਦੀ ਨਹੀਂ ਸੀ, ਉਹਨੂੰ ਇਹ ਕਹਿਣਾ ਪਿਆ ਨਰਿੰਦਰ ਮੋਦੀ ਨੂੰ, ਬੇਸ਼ੱਕ ਝੂਠਾ ਢਕਵੰਗ ਸਾਡੇ ਨਾਲ ਰਚਿਆ, ਲੇਕਿਨ ਉਹਨੂੰ ਕਹਿਣਾ ਪਿਆ ਕਿ ਮੈਂ ਕਿਸਾਨਾਂ ਦੀਆਂ ਮੰਗਾਂ ਮੰਨਦਾ। ਠੀਕ ਹੈ, ਦੇਸ਼ ਦਾ ਪ੍ਰਧਾਨ ਮੰਤਰੀ ਮੰਗਾਂ ਮੰਨ ਕੇ ਦੁਬਾਰੇ ਮੁੱਕਰ ਗਿਆ। ਕਹਿਣ ਤੋਂ ਭਾਵ ਹੈ, ਅਗਰ ਇਕੱਠੇ ਹੋ ਕੇ ਲੜਾਂਗੇ, ਛੋਟੀਆਂ ਲੜਾਈਆਂ
ਤਾਂ ਅਸੀਂ ਵੱਡੀ ਲੜਾਈ ਇਸ ਦੇਸ਼ ਨੂੰ ਬਚਾਉਣ ਦੀ ਲੜਾਈ ਤੇ ਪੰਜਾਬ ਦੇ ਕਿਸਾਨਾਂ ਨੂੰ ਤੇ ਪੰਜਾਬ ਨੂੰ ਬਚਾਉਣ ਦੀ ਲੜਾਈ ਲੜ ਸਕਦੇ ਹਾਂ, ਤੇ ਨਹੀਂ ਤਾਂ ਵੱਖਰੇ ਵੱਖਰੇ ਨਹੀਂ ਲੜੀਆਂ ਜਾ ਰਹੀਆਂ। ਪਰ ਮੈਨੂੰ ਮਾਣ ਹੈ ਮੇਰੇ ਲੀਡਰਾਂ ਤੇ, ਮੈਨੂੰ ਮਾਣ ਹੈ ਲਾਲ ਸਿੰਘ ਜੀ ਵਰਗੇ ਉਹਨਾਂ ਸਿਆਸਤਦਾਨਾਂ ਤੇ, ਸਰਦਾਰ ਹਰਦਿਆਲ ਸਿੰਘ ਕੰਬੋਜ ਵਰਗੇ ਲੋਕਾਂ ਤੇ, ਰਜਿੰਦਰ ਸਿੰਘ ਜੀ ਵਰਗਿਆਂ ਤੇ, ਨਿਰਮਲ ਸਿੰਘ ਜੀ ਵਰਗਿਆਂ ਦੇ। ਇਹ ਹੁੰਦੀ ਹੈ ਅੱਜ ਨਿਰਮਲ ਸਿੰਘ ਸਤਰਾਣਾ ਅੱਜ ਵੀ ਸਾਡੇ ਵਿੱਚ ਬੈਠਾ, ਯਾਰ ਪਿਛਲੀ ਵਾਰੀ ਟਿਕਟ ਨਹੀਂ ਦਿੱਤੀ। ਉਹ ਸਾਡੀ ਰੰਧਾਵਾ ਕੁੜੀ ਕਈ ਸਾਲ ਹੋ ਗਏ ਟਿਕਟ ਨਹੀਂ ਦਿੱਤੀ, ਉਹ ਸਾਡੇ ਵਿੱਚ ਬੈਠੀ। ਮੇਰੇ ਕਹਿਣ ਤੋਂ ਭਾਵ ਹੈ ਜਿਹੜੇ ਲੋਕ ਏਦਾਂ ਏਦਾਂ ਕਰਦੇ ਆ, ਲੋਕ ਕਹਿੰਦੇ ਸਨ, ਕਹਿੰਦੇ ਹਰਦਿਆਲ ਜੀ ਗਏ, ਲਾਲ ਸਿੰਘ ਜੀ ਨੇ, ਲਾਲ ਸਿੰਘ ਜੀ ਗਏ, ਕੈਪਟਨ ਅਮਰਿੰਦਰ ਸਿੰਘ ਦੇ ਬੜੇ ਸਨੇਹ ਆਏ ਹੋਣੇ ਆ, ਮੈਨੂੰ ਨਹੀਂ ਪਤਾ ਬੜੇ ਆਏ ਹੋਣੇ ਆ, ਇਹ ਮੈਨੂੰ ਪੱਕਾ ਪਤਾ ਕੈਪਟਨ ਅਮਰਿੰਦਰ ਸਿੰਘ ਨੇ ਬੜੇ ਗੋਡੇ ਟੇਕੇ ਹੋਣੇ ਆ ਕਿ ਆ ਜਾਓ, ਸਾਡੀ ਮਿੰਨਤ ਹੈ। ਅਕਾਲੀ ਦਲ ਵਾਲਿਆਂ ਨੇ ਬੜੇ ਲਾਏ ਜ਼ੋਰ, ਬੜਾ ਲਾਇਆ ਕਿ ਇੱਧਰ ਆ ਜਾਓ, ਟਿਕਟਾਂ ਲੈ ਲਓ ਤੇ ਲੜੋ। ਮੈਨੂੰ ਪਤਾ, ਮੈਨੂੰ ਇਹਨਾਂ ਨੇ ਦੱਸਿਆ ਨਹੀਂ ਹੈ, ਮੈਨੂੰ ਪਤਾ। ਲੇਕਿਨ ਇਸ ਦੇ ਬਾਵਜੂਦ ਇਹ ਹੈ ਇਹਨਾਂ ਚ ਕਾਂਗਰਸ ਦਾ ਖੂਨ, ਇਹ ਤਸ ਤੋਂ ਮਸ ਨਹੀਂ ਹੋਏ। ਇਹਨਾਂ ਨੇ ਕਿਹਾ ਗਿਲਾ ਹੈ ਗਿਲਾ ਰਹੇਗਾ, ਲੇਕਿਨ ਅੰਤਿਮ ਫੈਸਲਾ ਜੋ ਕਾਂਗਰਸ ਪਾਰਟੀ ਨੇ ਕਰ ਲਿਆ, ਅਸੀਂ ਉਹਦੇ ਤੇ ਫੁੱਲ ਚੜਾਵਾਂਗੇ। ਇਹ ਮੈਨੂੰ ਇਹਨਾਂ ਤੇ ਮਾਣ ਹੈ, ਜ਼ੋਰਦਾਰ ਤਾੜੀਆਂ ਦੇ ਨਾਲ ਇਹਨਾਂ ਦਾ ਸਵਾਗਤ ਹੋਣਾ ਚਾਹੀਦਾ ਇਹਨਾਂ ਲੀਡਰਸ ਦਾ। ਅੱਜ ਦੇ ਲੋਕਾਂ ਦੇ ਵਿੱਚ ਸ਼ਾਮ ਨੂੰ ਲੋਕ ਇੱਧਰ ਚਲੇ ਜਾਂਦੇ ਆ ਤੜਕੇ, ਅਮਰਿੰਦਰ ਸਿੰਘ ਜੇ ਕਾਂਗਰਸ ਪਾਰਟੀ ਚ ਰਹਿੰਦਾ, ਜੇ ਪਰਨੀਤ ਕੌਰ ਜੀ ਅੱਜ ਵੀ ਚੁਣਾਵ ਹਾਰੇਗੀ ਤੇ ਜੇ ਕਾਂਗਰਸ ਚ ਰਹਿੰਦੀ, ਜੇ ਫਿਰ ਕੀ ਫਰਕ ਪੈਣਾ ਸੀਗਾ। ਜੇ ਕੈਪਟਨ ਅਮਰਿੰਦਰ ਸਿੰਘ ਨੂੰ 9.5 ਸਾਲ ਪੰਜਾਬ ਦਾ ਮੁੱਖ ਮੰਤਰੀ ਬਣਾ ਕੇ ਰੱਖਿਆ, ਜੇ 6 ਮਹੀਨੇ ਵਾਸਤੇ ਮੁੱਖ ਮੰਤਰੀ ਨਾ ਰਹਿੰਦਾ, ਤਾਂ ਅੱਜ ਵੀ ਪੰਜਾਬ ਦਾ ਲੀਡਰ ਹੋਣਾ ਸੀਗਾ। MLA ਬਣਦੇ ਰਹਿੰਦੇ ਹੈ, MP ਬਣਦੇ ਰਹਿੰਦੇ ਹੈ, ਮੰਤਰੀ ਬਣਦੇ ਰਹਿੰਦੇ ਹੈ, ਮੁੱਖ ਮੰਤਰੀ ਬਣਦੇ ਰਹਿੰਦੇ ਹੈ, ਲੇਕਿਨ ਲੀਡਰ ਕਦੇ ਕਦੇ ਬਣਦੇ ਹੈ। ਲੀਡਰ ਲਾਲ ਸਿੰਘ ਜੀ ਤੇ ਹਰਦਿਆਲ ਕੰਬੋਜ ਤੇ ਆਹ ਜਿਹੜੇ ਮੰਚ ਤੇ ਰਜਿੰਦਰ ਸਿੰਘ ਜੀ ਵਰਗੇ ਬੈਠੇ ਹੈ, ਰਾਜਲਾ ਸਾਹਿਬ ਵਰੀ, ਇਹ ਲੀਡਰ ਹੈ। ਨਹੀਂ ਤਾਂ ਪੰਜ ਵਾਰੀ ਬਣ ਗਿਆ ਕੋਈ ਫਾਇਦਾ ਨਹੀਂ। ਲੀਡਰ ਬਣਨਾ ਬੜਾ ਔਖਾ ਹੈ, ਮੰਤਰੀ MLA ਮੁੱਖ ਮੰਤਰੀ ਬਣਨਾ ਬੜਾ ਸੌਖਾ ਹੈ। ਅੰਤਿਮ ਸਮੇਂ ਜਦੋਂ ਜਾਣਾ ਹੈ ਸ਼ਮਸ਼ਾਨ ਘਾਟ 'ਚ, ਉਦੋਂ ਲੋਕ ਗੱਲਾਂ ਕਰਦੇ ਆ ਕਿ ਯਾਰ ਬੜਾ ਜਵਾਨ ਵਾਲਾ ਬੰਦਾ ਸੀ, ਬੜਾ ਅਣਖੁਰ ਗੈਰਤ ਵਾਲਾ ਬੰਦਾ ਸੀ। ਇਸ ਬੰਦੇ ਨੇ ਟਸ ਤੋਂ ਮਸ ਨਹੀਂ ਕੀਤੀ, ਭਾਵੇਂ ਪਾਰਟੀ ਨੇ ਨਹੀਂ ਪੁੱਛਿਆ, ਲੇਕਿਨ ਆਪਦੀ ਜ਼ੁਬਾਨ ਤੇ ਰਿਹਾ। ਸੋ ਮੈਂ ਤੁਹਾਡਾ ਧੰਨਵਾਦ ਕਰਦਾ, ਪਰ ਮੈਂ ਬੇਨਤੀ ਕਰਦਾ ਅੱਜ ਆਪਦੇ ਵਰਿਸ਼ਟ ਲੀਡਰ ਸਾਹਿਬਾਨਾਂ ਨੂੰ, ਕਿਉਂਕਿ ਮੈਂ ਤਾਂ ਇਹਨਾਂ ਦੇ ਚਰਨਾਂ ਦੀ ਧੂੜ ਹੈ। ਮੇਰੀ ਓਨੀ ਉਮਰ ਨਹੀਂ, 46 ਸਾਲ ਮੇਰੀ ਉਮਰ ਹੈ, ਮੇਰੀ ਉਮਰ ਤੋਂ ਵੱਧ ਇਹਨਾਂ ਨੂੰ ਕਾਂਗਰਸ ਪਾਰਟੀ 'ਚ ਹੋ ਗਏ, ਮੈਂ ਇਹਨਾਂ ਨੂੰ ਕੀ ਸੇਧ ਦੇ ਸਕਦਾ। ਪਰ ਮੈਂ ਹੱਥ ਜੋੜ ਕੇ ਨਿਮਰਤਾ ਦੇ ਨਾਲ ਮੈਂ ਆਪਣੇ ਲੀਡਰ ਸਾਹਿਬਾਨਾਂ ਨੂੰ ਬੇਨਤੀ ਕਰਦਾ ਕਿ ਅਗਰ ਕੋਈ ਗੁਸਤਾਖੀ ਹੋਗੀ ਮੇਰੇ ਤੋਂ ਜਾਂ ਪਾਰਟੀ ਤੋਂ, ਮੈਂ ਇਸ ਲਈ ਤੁਹਾਡੇ ਤੋਂ ਹੱਥ ਜੋੜ ਕੇ ਖਿਮਾ ਮੰਗਦਾ ਤੇ ਨਾਲ ਹੀ ਨਾਲ ਮੈਂ ਤੁਹਾਨੂੰ ਬੇਨਤੀ ਕਰਦਾ, ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ, ਅਦਰਵਾਈਜ਼ ਤੁਹਾਡਾ ਕੱਦ ਮੇਰੇ ਤੋਂ ਵੱਡਾ ਹੈ, ਤੁਹਾਡਾ ਰੁਤਬਾ ਮੇਰੇ ਨਾਲੋਂ ਵੱਡਾ ਹੈ, ਤੁਹਾਨੂੰ ਗਾਂਧੀ ਪਰਿਵਾਰ ਮੇਰੇ ਨਾਲੋਂ ਵੱਧ ਪਿਆਰ ਕਰਦਾ, ਮੈਂ ਬੇਨਤੀ ਕਰਦਾ ਪਾਰਟੀ ਦਾ ਪ੍ਰਧਾਨ ਹੋਣ ਦੇ ਨਾਤੇ
ਹੁਣ ਜੋ ਰਾਹੁਲ ਗਾਂਧੀ ਤੇ ਖੜਗੇ ਸਾਹਿਬ ਦਾ ਜੋ ਫੈਸਲਾ ਕਾਂਗਰਸ ਪਾਰਟੀ ਦਾ, ਆਪਾਂ ਸਾਰੇ ਇਕੱਠੇ ਹੋ ਕੇ ਉਹਦੇ ਤੇ ਫੁੱਲ ਮੇਰੀ ਬੇਨਤੀ ਹੈ ਚੜਾ ਕੇ ਇੱਕ ਐਸਾ ਸੁਨੇਹਾ ਦੇਈਏ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਤੇ ਆਉਣ ਵਾਲੀਆਂ ਨਸਲਾਂ ਕਮ ਸੇ ਕਮ ਜਿਸ ਤਰੀਕੇ ਦੇ ਅੱਜ ਵਿਚਾਰਧਾਰਾ ਹੈ, ਅੱਜ ਟਿਕਟ ਨਹੀਂ ਮਿਲੀ ਜਲੰਧਰ ਦੀ, ਅੱਜ ਫਲਾਨੇ ਨੂੰ, ਅੱਜ ਉਧਰ ਹੋ ਗਿਆ, ਸਾਨੂੰ ਇਹ ਪਤਾ ਹੀ ਨਹੀਂ ਕਿ ਕਿਹੜਾ ਸਿਆਸਤਦਾਨ ਕਿਹੜੀ ਪਾਰਟੀ ਚ ਹੈ। ਲੋਕ 3 ਮਹੀਨਿਆਂ ਚ 4-4 ਪਾਰਟੀਆਂ ਬਦਲ ਗਏ ਹੈ। ਇੱਕ ਸੁਨੇਹਾ ਦੇਈਏ ਆਉਣ ਵਾਲੀ ਪੀੜ੍ਹੀ ਨੂੰ ਤੇ ਪੰਜਾਬ ਦੇ ਲੋਕਾਂ ਨੂੰ ਕਿ ਇੱਕ ਐਸੀ ਸਿਆਸਤ ਵੀ ਹੁੰਦੀ ਹੈ ਜਿਹੜੀ ਲਾਲਚ ਤੋਂ ਬਿਨਾਂ ਤੇ ਲੋਭ ਤੋਂ ਬਿਨਾਂ ਹੁੰਦੀ ਹੈ। ਮੈਂ ਆਸ ਕਰੂੰਗਾ ਕਿ ਸਾਰੇ ਜਾਣੇ ਹੁਣ ਤਕੜੇ ਹੋ ਕੇ ਕਾਂਗਰਸ ਪਾਰਟੀ ਦੇ ਉਮੀਦਵਾਰ ਦਾ ਔਰ ਜ਼ਿੰਮੇਵਾਰੀ ਮੈਂ ਲੈਣਾ, ਤੁਹਾਡੀ ਜ਼ਿੰਮੇਵਾਰੀ ਲਾਲ ਸਿੰਘ ਜੀ ਲੈਣਗੇ, ਤੁਹਾਡੀ ਜ਼ਿੰਮੇਵਾਰੀ ਹਰਦਿਆਲ ਕੰਬੋਜ ਜੀ, ਕਾਕਾ ਰਜਿੰਦਰ ਸਿੰਘ ਜੀ, ਨਿਰਮਲ ਸਿੰਘ ਜੀ ਇਹ ਲੈਣਗੇ ਤੇ ਰਾਜਾ ਵੜਿੰਗ ਬਤੌਰ ਪ੍ਰਧਾਨ ਜਿਨ੍ਹਾਂ ਚਿਕਰ ਮੇਰੇ ਸ਼ਰੀਫ ਚ ਜਾਣ ਹੈ, ਅਸੀਂ ਲਵਾਂਗੇ, ਅਸੀਂ ਆਵਾਂਗੇ ਦੁੱਖ ਸੁੱਖ, ਅਸੀਂ ਖੜਾਂਗੇ ਥਾਣਿਆਂ ਦੇ ਵਿੱਚ, ਅਸੀਂ ਰਾਤ ਨੂੰ ਤੁਹਾਡੇ ਪਿੱਛੇ ਪਹਿਰਾ ਦਿਆਂਗੇ। ਇਸ ਗੱਲ ਦੀ ਅਸੀਂ ਜ਼ਿੰਮੇਵਾਰੀ ਲੈਣੇ ਹੈ, ਪਰ ਪਾਰਟੀ ਦੇ ਫਤਵੇ ਨੂੰ ਤੇ ਵੱਡੀ ਲੜਾਈ ਦੇ ਵਾਸਤੇ ਅਸੀਂ ਤਕੜੇ ਹੋ ਕੇ ਅਸੀਂ ਕਾਂਗਰਸ ਪਾਰਟੀ ਦੇ ਉਮੀਦਵਾਰ ਨੂੰ ਜਾਣੀ ਕਿ ਧਰਮਵੀਰ ਗਾਂਧੀ ਨੂੰ ਹੁਣ ਵੋਟਾਂ ਪਾਉਣ ਦਾ ਫੈਸਲਾ ਕਰਨਾ ਹੈ। ਇਹ ਮੇਰੀ ਫਰਿਆਦ ਹੈ, ਹੱਥ ਜੋੜ ਕੇ ਬੇਨਤੀ ਹੈ। ਇਹਨੇ ਸ਼ਬਦਾਂ ਦੇ ਨਾਲ ਹਾਜ਼ਰੀ ਕਰਿਓ ਪ੍ਰਵਾਨ। ਮੈਂ ਸਾਧ ਸੰਗਤ ਦਾ ਜਿੰਨੇ ਸਾਹਮਣੇ ਬੈਠੇ ਹੈ ਤੇ ਲੀਡਰ ਸਾਹਿਬਾਨਾਂ ਦਾ ਮਾਫੀ ਮੰਗਦਾ ਕਿਸੇ ਦਾ ਕੋਈ ਦਿਲ ਦਿਖਾਇਆ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕਾਂਗਰਸ ਪਾਰਟੀ।